ਇੰਨਾ ਪਿਆਰ ਮੁਹੱਬਤ ਕੋਈ ਦੂਜਾ ਵੇ ਨਹੀਂ ਮਿਲਦਾ ਜਿੰਨਾ ਸਾਨੂੰ ਇਹਨਾਂ ਕੋਲੋਂ ਮਿਲਦਾ। ਪਤਾ ਨੀ ਕੀ ਹੈ ਮੈਂ ਪੇਸ਼ ਕਰੀ ਜਾਂਦਾ, ਮੈਂ ਕਿਹਾ ਤੇ ਆਹੂ ਚੱਕੀ ਹੋਈ ਮੰਮੀ ਨੂੰ ਚੱਕੀ ਫਿਰਦਾ ਯਾਰ ਇਹ ਕਾਲਾ। ਗੁੱਡ ਮਾਰਨਿੰਗ ਗਾਈਜ਼, ਗੁੱਡ ਮਾਰਨਿੰਗ। ਅਸੀਂ ਕਰਦੇ ਸ਼ਾਪ ਜੇ ਤੇ ਅੱਜ ਸਾਡੇ ਕੋਲ ਕੋਈ ਕੰਮ ਨਹੀਂ ਹੈਗਾ, ਲੇਕਿਨ ਫਿਰ ਵੀ ਅੱਜ ਅਸੀਂ ਕੰਮ ਔਖੇ ਸੌਖੇ ਕੱਢਿਆ ਵੀ ਆਪਾਂ ਅੱਜ ਚੱਲੀਏ ਸਰਵਿਸ ਕਰਾਉਣ ਗੱਡੀਆਂ ਦੀ, ਠੀਕ ਆ। ਤੇ ਗੱਡੀਆਂ ਹੈਗੀਆਂ ਦੋ, ਤੇ ਆਪਾਂ ਤਾਂ ਦੋਨੇ ਲੈ ਚੱਲਦੇ ਹਾਂ, ਤੇ ਮੈਂ ਕਹਿੰਦਾ ਪਹਿਲਾਂ ਇੱਕ ਲੈ ਚੱਲਦੇ ਹਾਂ, ਇੱਕ ਹੁੰਦੀ ਆ ਠੀਕ ਆ। ਤੇ ਦੋਨੇ ਗੱਡੀਆਂ ਤੁਹਾਨੂੰ ਦਿਖਾ ਦਿੰਦੇ ਹਾਂ, ਪਹਿਲਾਂ ਕਿਹੜੀ ਸਰਵਿਸ ਹੋਣ ਜਾਣੀ ਆ ਫਿਰ ਉਹਦੇ ਹਿਸਾਬ ਨਾਲ ਤੁਹਾਨੂੰ ਕਰਕੇ ਦਿਖਾਉਂਦੇ, ਠੀਕ ਆ। ਠੀਕ ਆ ਇਹ, ਠੀਕ ਆ ਫਿਰ ਅੱਜ ਫਿਰ ਸਾਡੇ ਨਾਲ ਹੀ, ਜ਼ਿਆਦਾ ਕੋਈ ਵੱਡੀ ਐਕਟੀਵਿਟੀ ਨਹੀਂ, ਅੱਜ ਸਰਵਿਸਾਂ ਹੀ ਹੋਣੀਆਂ ਗੱਡੀਆਂ। ਚਲੋ ਬਾਬਾ ਦਾਦੀ ਕੀ ਕਰਦੀ ਆ? ਹਾਂਜੀ ਭਾਈ ਸਾਹਿਬ ਮਿਲੋ ਮੇਰੀ ਦਾਦੀ ਨੂੰ, ਮਤਲਬ ਮੇਰੀ ਦਾਦੀ ਨੇ ਮੇਰੇ ਜਵਾਕਾਂ ਦੀ ਦਾਦੀ, ਮੇਰੇ ਜਵਾਕਾਂ ਦੀ ਦਾਦੀ ਨੂੰ ਅਮਾ ਅਮਾ ਕਹਿ, ਮੇਰੇ ਸਾਰੇ ਸਬਸਕ੍ਰਾਈਬਰਾਂ ਨੂੰ ਇਹ ਕਹਿ ਭਾਈ ਮੇਰੇ ਪੁੱਤ ਦਾ ਚੈਨਲ ਸਬਸਕ੍ਰਾਈਬ ਕਰ ਦਿਓ, ਭਾਈ ਮੇਰੇ ਪੁੱਤ ਦਾ ਚੈਨਲ ਸਬਸਕ੍ਰਾਈਬ ਕਰ ਦਿਓ। ਚਲੋ ਠੀਕ ਆ, ਹੁਣ ਮੰਮੀ ਦੀ ਗੱਲ ਮੰਨ ਲਿਓ। ਅੱਛਾ ਭਾਈ ਮੇਰੇ ਪੁੱਤਾਂ ਦਾ ਚੈਨਲ ਸਬਸਕ੍ਰਾਈਬ ਕਰ ਦਿਓ, ਚੰਗਾ। ਉੱਥੇ ਅਸੀਂ ਜਾਣਾ ਸਰਵਿਸ ਕਰਾਉਣ, ਪਹਿਲਾਂ ਲੈ ਕੇ ਜਾਵਾਂਗੇ ਇੱਕ ਗੱਡੀ, ਠੀਕ ਆ। ਆਪਾਂ ਦਾ ਬਜਟ ਵੀ ਦੇਖਣਾ ਹੁੰਦਾ ਹੈ ਨਾ ਯਾਰ, ਆ ਵਾ ਤੇ ਮੇਰਾ ਸਕਾ ਭਰਾ ਨਹੀਂ ਹੈਗਾ, ਇਹ ਮੰਮੀ ਗਵਾਹ ਵਾ, ਤੇ ਮਾਰੂ ਮੈਂ ਸਕਾ ਨਹੀਂ ਹੈਗਾ, ਇਹ ਹੜ ਆਏ ਸੀਗੇ ਪੰਜਾਬ ਦੇ ਵਿੱਚ, ਤੇ ਇੱਥੇ ਇਹਨੂੰ ਚੱਕ ਲਿਆ ਸੀਗਾ, ਕੜਾਹੀ 'ਚ ਰੁੜਿਆ ਆਉਂਦਾ ਸੀਗਾ ਬੱਠਲ ਜਿਹੇ 'ਚ, ਅਤੇ ਚੱਕ ਲਿਆ ਸੀਗਾ। ਇਹ ਹੁਣ ਨਾਤੇ ਧੋਤੇ ਹੈ ਨਹੀਂ ਗੇ, ਸਵੇਰੇ ਉੱਠਦੇ ਸਾਰ ਹੀ, ਉੱਠਦੇ ਸਾਰ ਹੀ ਨਹੀਂ ਨਹੀਂ ਉੱਠਦੇ ਸਾਰ ਨਹੀਂ, ਸਵੇਰੇ 8 ਵਜੇ ਨਿਕਲਣਾ। ਪਹਿਲਾਂ ਜਾ ਰਹੀ ਆ ਆਹ ਗੱਡੀ ਸਰਵਿਸ ਲਈ, ਅਤੇ ਇਸ ਤੋਂ ਬਾਅਦ ਦੇਖਾਂਗੇ ਦੂਜੀ ਵਾਲੀ ਗੱਡੀ, ਉਹ ਜਿੱਦਾਂ ਉਹ ਟਾਈਮ ਲੱਗਿਆ ਉਹਨੂੰ ਲੈ ਕੇ ਜਾਵਾਂਗੇ। ਵਰਕਸ਼ਾਪ 'ਚ ਆ ਗਏ ਅਸੀਂ, ਗੱਡੀ ਖੜ੍ਹੀ ਆ ਆਹ, ਅਤੇ ਵਰਕਸ਼ਾਪ ਹੈਗੀ ਆ ਉਹ ਵਾਲੀ ਵਰਕਸ਼ਾਪ। ਗੱਡੀਆਂ ਤਿੰਨ ਖੜੀਆਂ, ਗੱਡੀਆਂ ਤਿੰਨ, ਥੋੜ੍ਹਾ ਟਾਈਮ ਲੱਗੇਗਾ, ਲੇਕਿਨ ਫੇਵਰਟ ਵਰਕਸ਼ਾਪ ਹੈ, ਕਿਉਂਕਿ ਜਿਹੜੇ ਬੰਦੇ ਨੂੰ ਆਪਾਂ ਜਾਣਦੇ ਹਾਂ ਨਾ, ਜਾਂ ਤੁਹਾਡੇ ਉਹ ਆਏ, ਉਹਦੀ ਟ੍ਰਾਂਸਫਰ ਹੁਣ ਇੱਥੇ ਹੋਈ ਆ ਬੜੇ ਟਾਈਮ ਬਾਅਦ, ਜਦੋਂ ਉਹ ਇੱਥੇ ਨਹੀਂ ਸੀਗਾ ਤੁਹਾਨੂੰ ਮਿਲਾਉਣਾ ਬੰਦੇ ਨਾਲ ਵੀ, ਸਾਰੇ ਪਾਕਿਸਤਾਨੀ ਆ ਮੁੰਡੇ। ਆਦਲ ਭਾਈ ਚੱਲੀਏ ਫਿਰ ਟਰਾਈ ਲਈਏ, ਇਹ ਬੰਦਾ ਫਰੋਮ ਪਾਕਿਸਤਾਨ, ਇਹ ਸਾਡਾ ਮਿੱਤਰ ਆ ਪੂਰਾ ਵਧੀਆ, ਐਵੇਂ ਰੌਲਾ ਪਾਇਆ ਤੁਸੀਂ ਸਾਡੇ, ਆਹ ਦੇਖੋ ਸਾਡੇ ਯਾਰ ਪਾਕਿਸਤਾਨ, ਇਹ ਸਾਡੇ ਯਾਰ ਆ ਪਾਕਿਸਤਾਨ, ਪਾਕਿਸਤਾਨੀ। ਇੰਨਾ ਪਿਆਰ ਮੁਹੱਬਤ ਕੋਈ ਦੂਜਾ ਵੀ ਨਹੀਂ ਮਿਲਦਾ ਜਿੰਨਾ ਸਾਨੂੰ ਇਹਨਾਂ ਕੋਲੋਂ ਮਿਲਦਾ। ਹੈ ਥੈਂਕ ਯੂ ਵੈਰੀ ਮੱਚ, ਟਰਾਈ ਲਈ ਜਾਣਾ, ਟਰਾਈ ਲੈ ਲੈਣਾ, ਆਓ ਗੱਡੀ 'ਚ ਲੈ ਲੈਣਾ, ਆਓ ਗੱਡੀ 'ਚ ਲੈ ਲੈਣਾ। ਬੰਦਾ ਜਿੰਨਾ ਟਾਈਮ ਆ ਲੈਣ ਤੋਂ ਬਾਹਰ ਸੀਗਾ, ਅਸੀਂ ਗੱਡੀ ਨਹੀਂ ਕੋਈ ਲੈ ਗਏ ਇੱਥੇ, ਇਹ ਬੰਦਾ ਇਹਦੇ ਕਰਕੇ ਅਸੀਂ ਗੱਡੀਆਂ ਹੁਣ ਲੈ ਕੇ ਆਉਣੇ ਸ਼ੁਰੂ ਸਰਵਿਸ। ਸੁਪਰ ਫਿਕਸ ਦਾ ਇਹ ਮੈਨੇਜਰ ਆ, ਅਤੇ ਸਾਰੀ ਚੀਜ਼ ਜੋ ਵੀ ਆ ਅਸੀਂ ਇਹਦੇ ਕੋਲ ਰਿਪੋਰਟ ਕਰਨੀ ਆ, ਅੱਗੇ ਫੋਰਵਰਡ ਕਰ ਦਿੰਦਾ ਆਪਦੇ ਬੰਦਿਆਂ ਨੂੰ, ਅਤੇ ਉਸ ਤੋਂ ਬਾਅਦ ਫਿਰ ਸਰਵਿਸ ਵਗੈਰਾ ਡਨ, ਅਤੇ ਹੁਣ ਅਸੀਂ ਜਾ ਰਹੇ ਹਾਂ ਟਰਾਈ ਲੈਣ। ਮਿੱਤਰ ਵੀ ਆ ਅਤੇ ਆਪਣੇ ਦੇ ਹੱਥ ਵੀ ਹਲਕਾ ਹੀ ਰੱਖ, ਮੇਨ ਚੀਜ਼ ਹੱਥ ਮਤਲਬ ਹੱਥ ਘੱਟ ਹੁੰਦੇ, ਤਲਵਾਰ ਜ਼ਿਆਦਾ ਹੁੰਦੀ, ਉਹ ਆਪਣੀ ਗਰਦਨ ਤੇ ਘੱਟ ਹੁੰਦੀ ਆ, ਤੇ ਹੁਣ ਗੱਡੀ ਚਲਾਉਣੀ ਆ 120 ਤੇ ਬਬਲਿੰਗ ਕਰਦੀ ਆ, ਉਹ ਚੈੱਕ ਕਰਨੀ ਆ ਤੇ ਫਾਲ ਟ੍ਰੇਸ ਕਰਨੀ, ਹਾਂ ਫਾਲ ਟ੍ਰੇਸ ਕਰਨੀ। ਇੱਕ ਸੌ ਵੀਹ ਤੇ ਗੱਡੀ, ਉਸ ਤੇ ਜਾ ਕੇ ਆਦਲ ਭਾਈ ਫਾਲਟ ਰੇਜ਼ ਕਰਨਗੇ, ਕੀ ਫਾਲਟ ਆ ਇਹਦੇ ਵਿੱਚ, ਜਾਂ ਇਹਦੀ ਉਹ ਕੀ ਬਬਲਿੰਗ ਹਟਾਉਣੀ ਆ ਜਾਂ ਕੀ ਕਰਨਾ, ਇਹਨਾਂ ਨੂੰ ਪਤਾ। ਹੁਣ ਅਸੀਂ 120 ਤੇ ਚੈੱਕ ਕਰ ਲਏ, 120 ਤੇ ਹੁਣ ਗੱਡੀ ਅਸੀਂ ਚੈੱਕ ਕਰਦੇ ਹਾਂ।
ਦੱਸੋ ਟਰਾਈ ਤੋਂ ਬਾਅਦ ਸਰ ਇਸ ਤੇ ਵੀਲ ਬੈਲੈਂਸਿੰਗ ਕਰਨੀ ਪੈਣੀ ਹੈ ਠੀਕ ਔਰ ਇਸ ਤੇ ਚਾਰੇ ਟਾਇਰ ਚੈੱਕ ਕਰਨੇ ਪੈਣੇ ਟਾਇਰ ਦੇ ਵਿੱਚ ਕੁਝ ਅਪ ਡਾਊਨ ਅਪ ਡਾਊਨ ਹੈ ਬਸ ਇਹ ਫੜਾ ਤੇ ਇੱਕ ਆਪਣੀ ਸਰਵਿਸ ਆਇਲ ਚੇਂਜ ਠੀਕ ਹੈ ਓਕੇ ਦਾ ਮੇਰਾ ਬਹੁਤ ਸ਼ੁਕਰੀਆ ਟਿਕਟੌਕ ਨੇ ਦੁਨੀਆ ਖਰਾਬ ਕਰਤੀ ਆ ਇਹ ਵੀ ਬੰਦਰ ਹੋ ਗਿਆ ਟਾਈਮ ਪਾਸ ਤਾਂ ਕਰਨਾ ਹੁਣ ਬਾਹਰ ਗੱਡੀ ਖੜੀ ਆ ਸਾਡਾ ਵੀ ਅਕਾਊਂਟ ਹੈਗਾ ਟਿਕਟੌਕ ਦਾ ਟਾਈਮ ਪਾਸ ਲਈ ਨਹੀਂ ਅਸੀਂ ਪੂਰੇ ਪ੍ਰੋਫੈਸ਼ਨਲ ਵੀਡੀਓ ਬਣਾਉਂਦੇ ਹਾਂ ਜੋ ਦਿਲੋਂ ਨਿਕਲਦੀਆਂ ਨੇ ਚੇਂਜ ਕਰ ਰਹੇ ਨੇ ਆਇਲ ਚੇਂਜ ਦਾ ਸਿਸਟਮ ਤੁਹਾਨੂੰ ਪਤਾ ਹੀ ਹੈ ਪੁਰਾਣਾ ਟਾਈਮ ਲੱਗੇਗਾ ਹਲੇ ਕਾਫੀ ਨਹੀਂ ਕਰਦਾ ਅੱਗੇ ਤੋਂ ਤੂੰ ਮੈਨੂੰ ਕਹਿ ਤਾ ਰੋਕ ਤਾਂ ਮੈਂ ਨਹੀਂ ਕਰਦਾ ਅੱਗੇ ਤੋਂ ਕੋਈ ਨਹੀਂ ਗੱਡੀ ਦੀ ਸਰਵਿਸ ਹੋ ਗਈ ਆ ਠੀਕ ਆ ਗੱਡੀ ਖੜੀ ਆ ਉਹ ਤੁਹਾਨੂੰ ਦਿਖਾ ਦਿੰਦਾ ਡਨ ਪੇਮੈਂਟ 2 ਵਜੇ ਕਰਤਾ ਜਿੰਨੇ ਵੀ ਪੇਮੈਂਟ ਕਰਕੇ ਫਿਰ ਅਸੀਂ ਲੱਗੇ ਹਾਂ ਮੂਵ ਹੋਣ ਇੱਥੋਂ ਠੀਕ ਹੈ KFC ਦਾ KFC ਦਾ ਆਰਡਰ ਕਰਤਾ ਬਾਈ ਨੇ ਬੈਠੇ ਬੈਠੇ ਨੇ ਡੇਢ ਘੰਟੇ ਦੇ ਵਿੱਚ ਇੱਕ ਆਰਡਰ ਕੀਤਾ ਉਹਦਾ ਲੱਗਿਆ ਹੋਇਆ ਹੈ ਇਹਦਾ ਅਕਾਊਂਟ ਐਕਟੀਵੇਟ ਕਰਨਾ ਸੀ ਉਹਨੂੰ ਟਾਈਮ ਲੱਗਿਆ ਹਾਂ ਨਾਓ ਵੀ ਆਰ ਗੋਇੰਗ ਟੂ ਮੂਵ ਫਰੋਮ ਹੇਅਰ ਓਕੇ ਮਿਲਦੇ ਹਾਂ ਫਿਰ ਬਾਬਾ ਸਰਵਿਸ ਕਰਾਰੀ ਆ ਆਹ ਵਾਲੀ ਗੱਡੀ ਦੀ ਅਤੇ ਹੁਣ ਵਲੋਗ ਦਾ ਕਰਾਂਗੇ ਅਸੀਂ ਐਂਡ ਦੂਜੀ ਦੀ ਵੀ ਕਰਾਉਣੀ ਆ ਉਹਦਾ ਫਿਰ ਇੱਕ ਨਵਾਂ ਵਲੋਗ ਬਣਾਵਾਂਗੇ ਓਕੇ ਬਾਬਾ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰਦੇ ਰਹਿਣਾ ਠੀਕ ਆ